ਅੱਜ ਜਿਹੜਾ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਲਗਭਗ ਅਸੀਂ ਸਾਰੇ ਤਾਕਤਾਂ ਦੀਆਂ ਜਥੇਬੰਦੀਆਂ ਲਗਭਗ ਡੇਢ ਦਰਜਨ ਜਥੇਬੰਦੀਆਂ ਅਸੀਂ ਇੱਥੇ ਸ਼ਹੀਦੀ ਸਮਾਗਮ ਦੇ ਵਿੱਚ ਬੁਲਾਈਆਂ ਨੇ, ਜਿਹਦੇ ਵਿੱਚ ਲਗਭਗ ਅੱਧੀ ਦਰਜਨ ਜਥੇਬੰਦੀਆਂ ਸਮਰਥਨ ਵਾਸਤੇ ਆਈਆਂ ਨੇ। ਦੋ ਦਰਜਨ ਜਥੇਬੰਦੀਆਂ ਦਾ ਕਿਹਾ ਜਾ ਸਕਦਾ ਇਹ ਤਾਕਤਾਂ ਦਾ ਇਕੱਠ ਹੈ, ਕਿਉਂਕਿ ਜਿਹੜਾ ਤਾਕਤਾਂ ਦਾ ਇਕੱਠ ਹੈ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਇਨਕਲਾਬ ਜ਼ਿੰਦਾਬਾਦ, ਸਾਮਰਾਜ ਮੁਰਦਾਬਾਦ। ਇਹ ਸਾਮਰਾਜ ਦੀਆਂ ਜਿਹੜੀਆਂ ਨਵੀਆਂ ਨੀਤੀਆਂ ਲੈ ਕੇ ਆ ਰਿਹਾ ਸਾਮਰਾਜ, ਕਾਰਪੋਰੇਟ ਪੱਕੀ ਨੀਤੀਆਂ, ਉਹਦੇ ਵਿਰੋਧ ਦੇ ਵਿੱਚੋਂ ਸੰਘਰਸ਼ ਕਰਨ ਦੀ ਸੱਤ, ਰਹਿਤ ਲੈਣ ਦੀ ਸੱਤ ਰਾਜ ਸੀ ਦਿਵਸ ਦੇ ਉੱਤੇ ਸਾਰੀਆਂ ਨੂੰ ਇਕੱਠੇ ਕੀਤਾ। ਉਹਦਾ 30 ਨਿਕਾਸੀ ਪ੍ਰੋਗਰਾਮ ਬਣਾਇਆ, 30 ਮੰਗਾਂ ਬਣਾਈਆਂ ਨੇ ਕਰਜ਼ਿਆਂ ਦੀਆਂ, ਜਿਹੜੀਆਂ ਮੁੱਖ ਮੰਗਾਂ ਨੇ ਜਿਵੇਂ ਕਿਸਾਨੀ ਦੀ ਮੰਗ ਹੈਗੀ ਹੈ, ਕਰਜ਼ੇ ਦੀ ਮੰਗ, ਨਵੀਆਂ ਆਰਥਿਕ ਜਿਹੜੀਆਂ ਖੇਤੀ ਨੀਤੀਆਂ ਦੀ ਮੰਗ ਹੈ, ਠੇਕਾ ਮੁਲਾਜ਼ਮਾਂ ਨੂੰ ਪੱਕੇ ਭਰਤੀ ਦੀ ਮੰਗ ਹੈ, ਇਹ ਮੰਗਾਂ ਉਹਨਾਂ ਨੇ 30 ਨੁਕਤੇ ਬਣਾਏ ਨੇ। ਅਸੀਂ ਉਹ ਮੰਗਮ ਪੱਤਰ 'ਤੇ ਅਸੀਂ ਸਾਂਝੇ ਸੰਘਰਸ਼ ਰੱਖਣ ਵਾਸਤੇ ਉਪਰਾਲਾ ਕੀਤਾ, ਉਹਦੀ ਸ਼ੁਰੂਆਤ ਕੀਤੀ ਹੈ। ਦੇਖੋ ਸਹੀ ਆਜ਼ਾਦੀ ਜਿਹੜੇ ਮਾਡਲ, ਜਿਹੜਾ ਸਾਮਰਾਜ ਪਹਿਲਾਂ ਤੋਂ ਭਾਰੀ ਹੈ ਅੰਗਰੇਜ਼ੀ ਹਕੂਮਤ ਦੇ ਵੇਲੇ ਰਿਹਾ, ਉਹ ਹਕੂਮਤ ਤੋਂ ਜਿਹੜਾ ਭਗਤ ਸਿੰਘ ਦਾ ਸੁਪਨਾ ਸੀ ਸਾਕਾਰ ਨਹੀਂ ਹੋਇਆ। ਉਹ ਹਕੂਮਤ ਭਾਵੇਂ ਬਦਲ ਗਈ ਪਰ ਉਹ ਨੀਤੀਆਂ, ਲੁੱਟ ਦੀਆਂ ਨੀਤੀਆਂ ਦੇ ਵਿੱਚ ਫਰਕ ਪਿਆ, ਨੀਤੀਆਂ ਬਦਲੀਆਂ ਨੇ, ਤਰੀਕਾ ਬਦਲਿਆ, ਉਹ ਲੁੱਟ ਖਸੁੱਟੋਵੇਂ ਜਾਰੀ ਹੈ। ਇਸ ਕਰਕੇ ਜਿਹੜਾ ਵਿਕਾਸ ਮਾਡਲ ਇਹ ਲੈ ਕੇ ਆ ਰਹੇ ਨੇ ਉਹ ਲੋਕ ਪੱਕੀ ਵਿਕਾਸ ਮਾਡਲ ਨਹੀਂ ਹੈ, ਉਹ ਕਾਰਪੋਰੇਟ ਪੱਕੀ ਵਿਕਾਸ ਮਾਡਲ ਹੈ। ਇਸ ਮਾਡਲ ਨੂੰ ਬਦਲ ਕੇ ਉਹ ਮਾਡਲ ਲੈ ਕੇ ਆਉਣਾ ਜਿਹੜਾ ਲੋਕਾਂ ਦਾ, ਕਿਰਤੀ ਲੋਕਾਂ ਦਾ ਫਾਇਦਾ ਕਰਦਾ ਹੋਵੇ, ਜਿਹੜਾ ਹੱਥਾਂ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਪੂਰੀ ਇੱਜ਼ਤ ਦਵਾ ਕੇ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਉਹਦੀ ਇੱਜ਼ਤ ਨਾਲ ਚੱਲਦਾ ਹੋਵੇ, ਉਸ ਤਰ੍ਹਾਂ ਦੇ ਮਾਡਲ ਲਿਆਉਣ ਦੀ ਲੜਾਈ। ਦੇਖੋ ਇਹ ਵਿੱਚ ਵਿਚਾਲੇ ਚੱਲਦੇ ਸੰਘਰਸ਼ ਦੇ ਵਿਚਾਲੇ ਪਾਰਲੀਮੈਂਟ ਦੀਆਂ ਚੋਣਾਂ ਆ ਗਈਆਂ, ਕਦੇ ਅਸੈਂਬਲੀ ਦੀਆਂ ਚੋਣਾਂ ਆ ਗਈਆਂ, ਇਹ ਲੋਕਾਂ ਨੂੰ ਭਰਮਾਉਣ ਦੀ ਖਾਤਰ ਨੇ, ਇਹਨਾਂ ਚੋਂ ਕੁਛ ਨਿਕਲਣ ਪਾਉਣ ਨੂੰ ਨਹੀਂ ਹੋਣਾ, ਕਿਉਂਕਿ ਜਿਹੜੀਆਂ ਨੀਤੀਆਂ ਨੇ ਉਹ ਪਾਰਲੀਮੈਂਟ ਤੇ ਅਸੈਂਬਲੀ ਰਾਹੀਂ ਲਾਗੂ ਹੁੰਦੀਆਂ ਨੇ, ਵਿਧਾਨ ਸਭਾ ਦੇ ਪਾਰਲੀਮੈਂਟ ਪਾਲਕਾਂ ਦੇ ਵਿੱਚ ਵੀ ਲਾਗੂ ਹੁੰਦੀਆਂ ਨੇ, ਇਹ ਜਿਹੜੀਆਂ ਲੋਕਾਂ ਦੇ ਪੱਖ ਦੀਆਂ ਨਹੀਂ ਹੁੰਦੀਆਂ। ਇਹ ਜਿੰਨੀਆਂ ਵੀ ਨੀਤੀਆਂ ਆਈਆਂ ਨੇ ਪਾਰਲੀਮੈਂਟ ਕਰਦੀ ਕੀ ਹੈ, ਪਾਰਲੀਮੈਂਟ ਤੇ ਅਸੈਂਬਲੀ ਚੋਣਾਂ ਸਾਡੇ ਨੂੰ ਫੁੱਟ ਪਾਉਂਦੀਆਂ ਨੇ, ਸਾਡੇ ਇੱਕ ਨੂੰ ਤੋੜਦੀਆਂ ਨੇ, ਲੋਕਾਂ ਦੇ ਗੁੱਸੇ ਨੂੰ ਖਾਰਜ ਕਰਦੀਆਂ ਨੇ। ਜਿਹੜਾ ਲੋਕਾਂ ਦੇ ਹੁਣ ਜਿਵੇਂ ਆ ਰਿਹਾ ਵੀ ਮੋਦੀ ਨੇ ਆਹ ਕਰਤਾ, ਮੋਦੀ ਨੇ ਆਹ ਕਰਤਾ, ਜਿਹੜੇ ਮੋਦੀ ਤੋਂ ਪਹਿਲਾਂ ਆਏ ਸੀ ਉਹਨਾਂ ਨੇ ਕੀ ਕੀਤਾ, ਜਿਹੜੇ ਮੋਦੀ ਤੋਂ ਬਾਅਦ ਆਉਣਗੇ ਉਹ ਵੀ ਇਹੀ ਕਰਨਗੇ, ਯਾਨੀ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ। ਸਾਡੇ ਵਾਸਤੇ ਸਵਾਲ ਇਹ ਹੈ ਕਿ ਅਸੀਂ ਆਪਦੇ ਇਸ ਵੋਟਾਂ ਦੇ ਰੌਲੇ, ਰਾਜ ਰੌਲੇ 'ਚ ਆਪਦੇ ਏਕੇ ਨੂੰ ਕਿਵੇਂ ਬਚਾਈਏ, ਅਤੇ ਆਪਦੇ ਸੰਘਰਸ਼ਾਂ ਨੂੰ ਮਜ਼ਬੂਤ ਕਰਕੇ ਕਿੰਨਾ ਕਿੰਨਾ ਜਮਾਤਾਂ ਨੂੰ ਆਪਦੇ ਨਾਲ ਲੈ ਕੇ ਸੰਘਰਸ਼ ਨੂੰ ਲੰਮਾ ਅਤੇ ਤਿੱਖਾ ਅਤੇ ਤੇਜ਼ ਕਰੀਏ। ਜਿਹੜੀਆਂ ਸ਼ਬਦਾਂ ਲੈਂਦੇ ਨੇ ਜਾਂ ਵਾਅਦੇ ਕਰਦੇ ਨੇ, ਤੁਸੀਂ ਆਪ ਹੀ ਜਾਣਦੇ ਹੋ, ਮੀਡੀਆ ਨਾਲ ਜੁੜੇ ਹੋ, ਕਦੇ ਕੋਈ ਇਸ 'ਤੇ ਪੂਰਾ ਨਹੀਂ ਉਤਰਿਆ। ਇਹ ਲੋਕਾਂ ਤੋਂ ਵੋਟਾਂ ਮੁੱਛਣ ਦੀ ਖਾਤਰ ਇਹ ਵਾਅਦੇ ਕਰਦੇ ਨੇ, ਜਦੋਂ ਸੱਤਾ ਹਾਸਲ ਹੋ ਜਾਂਦੀ ਹੈ ਫਿਰ ਇਹ ਕਰਦੇ ਉਹਨੇ, ਜਿਹੜੀ ਕਾਰਪੋਰੇਟ ਪੱਖ ਹੈ ਸਾਡੀਆਂ ਜੇਬਾਂ 'ਚੋਂ ਕੱਢ ਕੇ ਉਹਨਾਂ ਨੇ ਜੇਬਾਂ 'ਚ ਪਾਉਣਾ, ਹਮੇਸ਼ਾ ਕਹਿਣਾ ਵੀ ਦੂਜੇ ਨਿਵੇਸ਼ ਵਾਸਤੇ ਅਸੀਂ ਫਲਾਣੀਆਂ ਕੰਪਨੀਆਂ ਸੱਦਲੀਆਂ, ਉਹ ਕੰਪਨੀਆਂ ਦੂਜੇ ਦੇਸ਼ਾਂ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ, ਦੇਸ਼ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ, ਉਹਨਾਂ ਨੂੰ ਸੱਦਾ ਦੇਣਾ ਪੂੰਜੀ ਨਿਵੇਸ਼ ਕਰੋ, ਸਾਡੇ ਪੂੰਜੀ ਲਾਓ ਅਤੇ ਫਿਰ ਦੇਸ਼ ਦੀ ਲੁੱਟ ਕਰੋ। ਇਹ ਉਹਦੇ 'ਚ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ ਨਿੱਜੀਕਰਨ, ਨਿਗਮੀਕਰਨ ਦੀਆਂ ਨੀਤੀਆਂ ਜਿਹੜੀਆਂ ਆ ਰਹੀਆਂ ਨੇ, ਠੇਕਾ ਮੁਲਾਜ਼ਮ ਭਰਤੀ ਕਰਨਾ, ਕੱਚੇ ਮੁਲਾਜ਼ਮ ਭਰਤੀ ਕਰਨਾ, ਪਬਲਿਕ ਸੈਕਟਰ ਦੇ ਉਹਨਾਂ ਦਾ ਕਰਜ਼ਾ ਕਰਾ ਕੇ ਉਹਨਾਂ ਨੂੰ ਵੱਡੇ ਮੁਨਾਫੇ ਦੇਣਾ, ਇਹ ਉਹਨਾਂ ਦੇ ਪੱਖ 'ਚ ਜਾਂਦੀਆਂ ਨੇ ਸਾਰੀਆਂ ਗੱਲਾਂ। ਇਸ ਕਰਕੇ ਇਹਦਾ ਸੰਘਰਸ਼ ਜ਼ਰੂਰੀ ਹੈ, ਇਹਨਾਂ ਨੂੰ ਨੱਥ ਪਾਉਣ ਦੀ ਗੱਲ।
ਦੇਖੋ ਇਹ ਪੋਲੀਟੀਕਲ ਸਵਾਲ ਹੈ, ਰਾਜਨੀਤਿਕ ਲੋਕਾਂ ਦੀ ਖੇਡ ਹੈ ਇਹ। ਕਦੇ ਕਿਸੇ ਨੂੰ ਬੰਦ ਕਰਤਾ, ਕਿਸੇ ਨੂੰ ਛੱਡਤਾ, ਕਿਸੇ ਨੂੰ ਫੜ ਲਿਆ, ਲੋਕਾਂ ਦੇ ਧਿਆਨ ਪਾਸੇ ਹਟਾਉਣ ਦੀ ਖਾਤਰ ਹੈ। ਇਹ ਸਾਰੀਆਂ ਜੋਕਾਂ ਨੇ, ਇਹਨਾਂ ਦੇ ਰੰਗ ਬਦਲੇ ਹੋਏ ਹੈ। ਇਹ ਲੁੱਟ ਕਸੁੱਟ ਦੇ ਮੈਦਾਨ ਦੇ ਵਿੱਚ ਕਿਸੇ ਨਾਲੋਂ ਵੱਧ ਕਿਸੇ ਨਾਲੋਂ ਘੱਟ ਡੰਗ ਸਾਰੇ ਮਾਰਦੇ ਆ, ਕਿਸੇ 'ਚ ਹੈਰ ਘੱਟ ਹੈ, ਕਿਸੇ 'ਚ ਵੱਧ ਹੈ, ਇੰਨਾ ਹੀ ਫਰਕ ਹੈ, ਹੋਰ ਜ਼ਿਆਦਾ ਫਰਕ। ਇਲੈਕਸ਼ਨਾਂ 'ਚ ਭਾਗ ਲੈਣਾ, ਨਾ ਅਸੀਂ ਇਲੈਕਸ਼ਨਾਂ 'ਚ ਵੋਟਾਂ 'ਚ ਲੜਨਾ, ਨਾ ਅਸੀਂ ਕਿਸੇ ਦੀ ਸਪੋਰਟ ਕਰਨੀ ਹੈ। ਅਸੀਂ ਤਾਂ ਆਪਦੀ ਗੱਲ ਲੋਕਾਂ ਤੱਕ ਲੈ ਕੇ ਜਾਵਾਂਗੇ ਤੇ ਆਪਦੀਆਂ ਗੱਲਾਂ ਜਿਹੜੀਆਂ ਹਾਕਮ ਪਾਰਟੀਆਂ ਲੋਕਾਂ ਦੀਆਂ ਸੱਟਾਂ ਜਾਣਗੀਆਂ, ਉਹਨਾਂ ਨੂੰ ਘੇਰ ਕੇ ਸਵਾਲ ਕਰਾਂਗੇ ਵੀ ਆਹ ਸਾਡੇ ਮੁੱਦੇ ਤੁਹਾਡੇ ਕੋਲ ਪਏ ਨੇ, ਦੱਸੋ ਤੁਸੀਂ ਇਹਨਾਂ ਦਾ ਜਵਾਬ ਦਿਓ। ਉਹਨਾਂ ਦੇ ਮੂੰਹ 'ਚ ਪਾਵਾਂਗੇ, ਤੁਸੀਂ ਦੱਸੋ ਸਾਡਾ ਰੁਜ਼ਗਾਰ ਕਿੱਧਰ ਗਿਆ, ਸਾਡਾ ਕਰਜ਼ਾ ਕਿਉਂ ਨਹੀਂ ਖਤਮ ਹੋਇਆ, ਇੱਥੇ 1,37,000 ਬੰਦੇ ਜਿਹੜੇ ਖੁਦਕੁਸ਼ੀਆਂ ਕਰ ਗਏ, ਉਹ ਕਿਉਂ ਕਰ ਗਏ, ਕਿਹਦੀ ਵਜ੍ਹਾ ਕਰਕੇ ਕਰ ਗਏ? ਆਹ ਠੇਕਾ ਮੁਲਾਜ਼ਮਾਂ 'ਤੇ ਰੋਜ਼ ਡਾਂਗਾਂ ਪੈਂਦੀਆਂ ਨੇ, ਕਦੇ ਕੱਚੇ ਅਧਿਆਪਕ, ਕਦੇ ਪੱਕੇ ਅਧਿਆਪਕ, 2,200 ਕਿਸਮ ਦੇ ਅਧਿਆਪਕ ਉਹਨਾਂ 'ਤੇ, ਨਵੀਂ ਖੇਤੀ ਨੀਤੀ, ਨਵੀਂ ਵਿੱਦਿਆ ਨੀਤੀ, ਇਹ ਕਿੱਧਰੋਂ ਲਿਆਉਂਦੇ ਤੁਸੀਂ? ਇਹਨਾਂ ਦੇ ਸਵਾਲ ਕਰਾਂਗੇ।